ਲੋ ਜੀ ਅੱਜ ਤੁਹਾਨੂੰ ਅਲੂਮੀਨੀਅਮ ਫੈਕਟਰੀ ਦਾ ਵਿਜ਼ਿਟ ਕਰਵਾਵਾਂਗੇ ਆਏ ਹੈਗੇ ਆਂ ਜੀ ਖਾਮਮਾਲ ਜਿਹਦੇ ਤੋਂ ਅਲੂਮੀਨੀਅਮ ਤਿਆਰ ਹੁੰਦਾ ਵਾ ਇਹ ਹੈਗੀ ਆ ਪੱਠੀ ਜਿਹਦੇ ਵਿੱਚ ਇਹ ਡਾਲੇ ਜਾਣੇ ਆ ਇਹ ਬਣ ਬਣ ਕੇ ਬਾਹਰ ਨਿਕਲੀ ਜਾ ਰਹੇ ਆ ਜਿਹੜੀ ਮੇਨ ਚੀਜ਼ ਆ ਹੁਣ ਜਿੱਦਾਂ ਜਿੱਦਾਂ ਪ੍ਰੋਸੈਸ ਬੜੀ ਜਾ ਰਿਹਾ ਵਾ ਉਦਾਂ ਉਦਾਂ ਤੁਹਾਨੂੰ ਤੁਹਾਨੂੰ ਮੈਂ ਦੱਸਦਾ ਵਾਂ ਅਲੂਮੋਨੀਅਮ ਤੁਹਾਨੂੰ ਪਤਾ ਵੀ ਆਮ ਤੌਰ ਤੇ ਅੱਜ ਕੱਲ ਲੱਕੜੀ ਦਾ ਬਹੁਤ ਮਹਿੰਗਾ ਪੈਂਦੀ ਹੈ ਚੀਜ਼ ਇਸ ਕਰਕੇ ਅਲੂਮੋਨੀਅਮ ਬਹੁਤ ਜ਼ਿਆਦਾ ਲੋਕ ਪਸੰਦ ਕਰਨ ਲੱਗ ਪਏ ਆ ਮੇਨ ਚੀਜ਼ ਆ ਕਿ ਅਫੋਰਡ ਨਹੀਂ ਕਰ ਸਕਦੇ ਹੈਗੇ ਲੱਕੜੀ ਤੇ ਇਸ ਕਰਕੇ ਉਸ ਹਰ ਜਗ੍ਹਾ ਤੇ ਦਰਵਾਜ਼ੇ ਖਿੜਕੀਆਂ ਹਰ ਚੀਜ਼ ਲੋਕ ਅਲੂਮੋਨੀਅਮ ਦੀ ਬਣਾਉਣ ਲੱਗ ਪਏ ਆ ਇਹ ਦੇਖੋ ਜੀ ਕੈਮੀਕਲ ਜਿੱਥੇ ਇਹਨੂੰ ਲਗਾਇਆ ਜਾਣਾ ਵਾ ਤੇ ਕਲਰਿੰਗ ਕੀਤੀ ਜਾਣੀ ਆ ਇਹ ਮੇਨ ਪ੍ਰੋਸੈਸ ਆ ਬਣਾਉਣ ਤੋਂ ਬਾਅਦ ਇਹਦਾ ਇਹ ਫੈਕਟਰੀ ਦਾ ਕੋਈ ਲੰਬਾ ਚੌੜਾ ਇਹਦਾ ਸਿਲਸਿਲਾ ਨਹੀਂ ਹੈਗਾ ਲੇਕਿਨ ਜ਼ਾਹਰੀ ਸੀ ਬਾਤ ਆ ਸਟੈਪ ਬਾਈ ਸਟੈਪ ਇਹ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਅਲੂਮਨੀਅਮ ਕਿੱਦਾਂ ਤਿਆਰ ਕੀਤਾ ਜਾਂਦਾ ਵਾ ਇਹ ਦੇਖ ਲਓ ਤੁਹਾਡੇ ਸਾਹਮਣੇ ਤਜਾਬ ਇਸ ਸਾਰੇ ਪ੍ਰੋਸੈਸ ਚੋਂ ਢਗਾਉਣ ਤੋਂ ਬਾਅਦ ਫਿਰ ਉਹ ਜਿਹੜਾ ਵਾ ਇਹ ਚੀਜ਼ ਤਿਆਰ ਹੋ ਜਾਂਦੀ ਹੈ ਇਹ ਜਿਹੜੀ ਤੁਹਾਡੇ ਸਾਹਮਣੇ ਆ ਗਈ ਹੈ ਇਹ ਆਖਰੀ ਪ੍ਰੋਸੈਸ ਆ ਜੀ ਇਹਦਾ ਹੁਣ ਇਹ ਸਮਝ ਲਓ ਤਿਆਰ ਆ ਹੁਣ ਇਹਨੂੰ ਬਾਹਰ ਕੱਢ ਦੇਣਾ ਵਾ ਹੁਣ ਕਲਰਿੰਗ ਰਹਿ ਗਈ ਹੈ ਜਿਹੜੀ ਮੇਨ ਚੀਜ਼ ਹੈ ਇਹਦੀ ਇਹ ਬਾਹਰ ਕੱਢ ਕੇ ਉਹਨਾਂ ਨੇ ਤਿਆਰ ਕਰਕੇ ਰੱਖਤਾ ਵਾ ਜੀ ਹੁਣ ਜਿਹੜੀ ਮੇਨ ਚੀਜ਼ ਆ ਇੱਥੋਂ ਚੋਕ ਕੇ ਲਿਜਾ ਕੇ ਉਹਨਾਂ ਨੇ ਕਲਰਿੰਗ ਕਰਨੀ ਆ ਕਲਰਿੰਗ ਇਹ ਆ ਗਿਆ ਜੀ ਹੁਣ ਕਲਰਿੰਗ ਵਾਲੇ ਸ਼ੋਬੇ ਦੇ ਵਿੱਚ ਆ ਗਿਆ ਵਾ ਇੱਥੇ ਕਲਰਿੰਗ ਕੀਤੀ ਜਾਣੀ ਆ ਦੇਖ ਲਓ ਤੁਹਾਡੇ ਸਾਹਮਣੇ ਕਲਰਿੰਗ ਕਰਕੇ ਉਹਨਾਂ ਲਟਕਾਤੇ ਆ ਇਹ ਕਵਰ ਕਰਨ ਲਈ ਉੱਤੇ ਸ਼ਾਪਰ ਇੱਥੇ ਚਾਪਰ ਦੇ ਨਾਲ ਕਵਰ ਕਰ ਦੇਣੇ ਆ ਕਲਰਿੰਗ ਕਲਰ ਕਰਕੇ ਉਹਨਾਂ ਨੇ ਉੱਤੋਂ ਦੀ ਇਹਨਾਂ ਨੂੰ ਪੈਕ ਕਰ ਦੇਣਾ ਵਾ ਇਹ ਦੇਖੋ ਜੀ ਇਹ ਤਿਆਰ ਹੋ ਗਏ ਆ ਸੇਲ ਹੋਣ ਲਈ ਯਾਨੀ ਕਿ ਇਹ ਤੁਸੀਂ ਕਹਿ ਲਓ ਇਹਦਾ ਸਟੋਰ ਆ ਇੱਥੇ ਲਿਆ ਕੇ ਨਾ ਰੱਖ ਦੇਣੇ ਆ ਤੇ ਉਹ ਜਿਹੜੇ ਬੰਦੇ ਨੂੰ ਵੀ ਜਿੰਨੀ ਵੀ ਜ਼ਰੂਰਤ ਹੋਵੇ ਉਹ ਆ ਕੇ ਇਥੋਂ ਪਰਚੇਸ ਕਰ ਸਕਦਾ ਵਾ ਇਹ ਦੇਖ ਲਓ ਇਹ ਫੋਨ ਇਸ ਟਾਈਮ ਸਟੋਰ ਦੇ ਵਿੱਚ ਤਿਆਰ شدہ ਮਾਲ ਪਿਆ ਵਾ ਸਾਰੇ ਇਹ ਕਲਰ ਆ ਜਨਾਬ ਇਹ ਤੁਸੀਂ ਪਸੰਦ ਕਰਨਾ ਵਾ ਜਿਹੜੇ ਬੰਦੇ ਨੇ ਜਿੱਦਾਂ ਦਾ ਵੀ ਯਾਨੀ ਕਿ ਸਿਲੈਕਟ ਕਰਨਾ ਵਾ ਇੱਥੇ ਉਹ ਉਹਨੂੰ ਉਸ ਕਿਸਮ ਦਾ ਉਸ ਕਿਸਮ ਦੀ ਚੀਜ਼ ਉਸ ਕਿਸਮ ਦਾ ਕਲਰ ਦਾ ਅਲੂਮਨੀਅਮ ਉਹਨੂੰ ਪ੍ਰੋਵਾਈਡ ਕਰ ਦਿੱਤਾ ਜਾਣਾ ਵਾ ਇਹ ਸ਼ੋਭਾ ਹੈਗਾ ਜੀ ਇਹ ਹੈਗਾ ਜਨਾਬ ਖਾਮਮਾਲ ਇਹ ਯਾਨੀ ਕਿ ਖਾਮਮਾਲ ਜਿਹੜਾ ਉਥੋਂ ਵਧਿਆ ਹੋਇਆ ਵਾ ਉਹ ਕੱਟ ਕੇ ਬਾਹਰ ਛੁੱਟਿਆ ਹੋਇਆ ਵਾ ਇਹ ਪੱਟੀ ਚ ਪਾ ਕੇ ਫੇਰ ਤਿਆਰ ਕਰ ਲੈਣਾ ਇਹਦੇ ਨਾਲ ਹੀ ਅੱਜ ਦੀ ਵੀਡੀਓ ਦਾ ਐਂਡ ਕਰਨੇ ਆਂ ਜੀ ਅਗਲੀ ਵੀਡੀਓ ਤੱਕ ਲਈ ਅੱਲਾ ਹਾਫਿਜ਼